बसंत रुत आई पग फूल था रहे
गत अब गत नहीं जानी है I'm not afraid.
ਬੜੇ ਹੀ ਵੱਡੇ ਭਾਗਾਂ ਵਾਲੇ ਹਾਂ ਕਿ ਸਾਡਾ ਥੋੜਾ ਜਿਹਾ ਯਤਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਸਮਝਣ ਵਾਸਤੇ ਕੀਤਾ ਜਾ ਰਿਹਾ ਹੈ। ਬੜਾ ਭਲਾ ਉੱਦਮ ਹੈ ਸਤਿਕਾਰਯੋਗ ਪ੍ਰੋਫੈਸਰ ਰਣਜੀਤ ਸਿੰਘ ਜੀ। ਮੈਂ ਉਸਤਾਦਾਂ ਦਾ ਗੁਰੂ ਜਨਾਂ ਦਾ ਨਾਮ ਲੈਣਾ ਠੀਕ ਨਹੀਂ ਸਮਝਦਾ ਹੁੰਦਾ ਕਿਉਂਕਿ ਸਾਡੀ ਜਿਹੜੀ ਜ਼ੁਬਾਨ ਹੈ ਉਹ ਬਹੁਤ ਛੋਟੀ ਹੈ। ਉਹਨਾਂ ਦੀ ਮਿਹਨਤ ਦੇ ਸਾਹਮਣੇ ਉਹਨਾਂ ਦੀ ਕਮਾਈ ਦੇ ਸਾਹਮਣੇ ਪਰ ਮੈਂ ਮਾਫ਼ੀ ਮੰਗ ਕੇ ਹੱਥ ਜੋੜ ਕੇ ਜੋ ਨਾਮ ਇੱਕ ਵਾਰੀ ਲੈ ਚੁੱਕਾ ਹਾਂ ਉਹ ਲੈ ਚੁੱਕਾ ਹਾਂ। ਔਰ ਸਾਰੀ ਇਹ ਟੀਮ ਜਿਹੜੀ ਹੈ ਇਹਨਾਂ ਦੀ ਭਾਈ ਸਾਹਿਬ ਭਾਈ ਜਸਵੰਤ ਸਿੰਘ ਜੀ ਮੇਰੇ ਵੱਡੇ ਭਰਾ ਮੇਰੇ ਵੱਡੇ ਵੀਰ ਜਿਨ੍ਹਾਂ ਦਾ ਸੱਚਮੁੱਚ ਇਸ ਮੁਲਕ ਵਿੱਚ ਆ ਕੇ ਜਿਵੇਂ ਇਹਨਾਂ ਨੇ ਮਹਾਰਾਜ ਦੀ ਹਜ਼ੂਰੀ ਵਿੱਚ ਇੱਕ ਗੱਲ ਕਹੀ ਮੈਂ ਵੀ ਕਹਿਣਾ ਨਹੀਂ ਚਾਹੁੰਦਾ ਪਰ ਕਹਿਣ ਲੱਗਾ ਹਾਂ ਕਿ ਮੈਨੂੰ ਰੱਬ ਜਿੰਨਾ ਆਸਰਾ ਹੈ ਉਹਨਾਂ ਦਾ ਔਰ ਸਾਰੀ ਟੀਮ ਜਿੰਨੇ ਕੀਰਤਨੀਏ ਪ੍ਰੋਫੈਸਰ ਸਾਹਿਬ ਜੀ ਨਾਲ ਪਿਆਰ ਕਰਦੇ ਹਨ ਸਾਰੇ ਹੀ ਤੁਸੀਂ ਗੁਰੂ ਕੇ ਪਿਆਰ ਵਿੱਚ ਭਿੱਜ ਕੇ ਬੈਠੇ ਹੋ। ਇਹ ਪਿਆਰ ਦੀਆਂ ਹੀ ਖੇਡਾਂ ਨੇ ਹੋਰ ਗਾਣਾ ਵਜਾਉਣਾ ਤੇ ਬਹੁਤ ਦੂਰ ਦੀ ਬਾਤ ਹੈ। ਭਾਜੀ ਨੇ ਜਾਂ ਮਲਕ ਸਾਹਿਬ ਜੀ ਨੇ ਬੜੀਆਂ ਵੱਡੀਆਂ ਗੱਲਾਂ ਸਾਡੇ ਵਾਸਤੇ ਕਹਿ ਦਿੱਤੀਆਂ ਤੇ ਅਸਲ ਗੱਲ ਇਹ ਹੈ ਵੀ ਇਹ ਤੇ ਬਹੁਤ ਦੂਰ ਦੀ ਕਹਾਣੀ ਹੈ ਬਹੁਤ ਦੂਰ ਦੀ ਕਹਾਣੀ ਹੈ। ਮੈਂ ਤੁਹਾਨੂੰ ਸੱਚ ਦੱਸਾਂ ਤਾਂ ਹੁਣ ਜਿੰਨਾ ਕੁ ਵਿਹਲਾ ਟਾਈਮ ਮੈਂ ਆਪਣਾ ਸਮਝਦਾ ਹਾਂ ਉਸ ਟਾਈਮ ਵਿੱਚ ਮੈਂ ਹੁਣ ਸਿੱਖਣਾ ਸ਼ੁਰੂ ਕੀਤਾ ਹੈ ਇਸ ਚੀਜ਼ ਨੂੰ ਸਿਰਫ ਸਮਝਣ ਵਾਸਤੇ। ਔਰ ਜਦੋਂ ਮੈਂ ਇਹ ਵੇਖਦਾ ਹਾਂ ਕਿ ਪ੍ਰੋਫੈਸਰ ਸਾਹਿਬ ਜੀ ਨੇ ਭਾਜੀ ਜਸਵੰਤ ਸਿੰਘ ਜੀ ਹੁਣਾਂ ਨੇ ਜਾਂ ਹੋਰ ਭਾਜੀ ਨਾਇਬ ਸਿੰਘ ਜੀ ਇੱਥੇ ਬੈਠੇ ਹਨ ਜਿਨ੍ਹਾਂ ਨੇ ਇਹਨਾਂ ਬੱਚਿਆਂ ਨੂੰ ਸੁਰੀਲਾ ਕੀਤਾ ਮੈਂ 2 ਮਿੰਟ ਲੈਣੇ ਨੂੰ ਤੁਹਾਡੇ ਗੱਲਾਂ ਕਰਦੀਆਂ ਉਸ ਤੋਂ ਬਾਅਦ ਮੈਂ ਗੱਲ ਸ਼ੁਰੂ ਕਰਾਂਗਾ। ਭਾਈ ਅਨੰਤਵੀਰ ਸਿੰਘ ਜੀ ਮੇਰੇ ਛੋਟੇ ਵੀਰ ਨੇ ਸਾਡਾ ਘਰਾਨਾ ਸਾਡਾ ਪਰਿਵਾਰ ਇੱਕ ਹੈ ਕਿਉਂਕਿ ਮੇਰੇ ਗੁਰੂਦੇਵ ਜਿਨ੍ਹਾਂ ਨੇ ਮੈਨੂੰ ਦਿੱਲੀ ਕਮੇਟੀ ਵਿੱਚ ਤੋਰਿਆ ਜਿਨ੍ਹਾਂ ਨੇ ਮੇਰੀ ਬਾਂਹ ਫੜੀ ਜਿਨ੍ਹਾਂ ਨੇ ਮੇਰੇ ਸਿਰ ਤੇ ਹੱਥ ਰੱਖਿਆ ਉਹਨਾਂ ਦੀ ਛਤਰ ਛਾਇਆ ਵਿੱਚ ਜਿੰਨਾ ਵੀ ਅਸੀਂ ਕਰ ਸਕੇ ਹਾਂ ਮਾੜਾ ਮੋਟਾ ਇਹ ਮੈਂ ਫਿਰ ਬੇਨਤੀ ਕਰਾਂ ਕਿ ਗੁਰੂ ਕੋਲੋਂ ਸਮਰੱਥ ਗੁਰੂ ਕੋਲੋਂ ਲੈਣਾ ਵੀ ਬੜੀ ਵੱਡੀ ਇੱਕ ਕਲਾ ਹੈ। ਸਮਰੱਥ ਗੁਰੂ ਕੋਲੋਂ ਲੈਣਾ ਵੀ ਸਿੱਖਣਾ ਵੀ ਬੜੀ ਵੱਡੀ ਕਲਾ ਹੈ ਇਹ ਬਿਨਾਂ ਕਲਾ ਤੋਂ ਕੋਈ ਸਿੱਖ ਵੀ ਨਹੀਂ ਦੇ ਸਕਦਾ ਸਿੱਖਣਾ ਵੀ ਇੱਕ ਆਰਟ ਹੈ। ਸੋ ਉਹਨਾਂ ਨੂੰ ਬੇਨਤੀ ਕੀਤੀ ਮੈਂ ਕਿਹਾ ਭਾਜੀ ਮੈਂ ਬੜਾ ਥੱਕਿਆ ਹੋਇਆ ਇੰਡੀਆ ਤੋਂ ਜਹਾਜ਼ ਦੇ ਸਫ਼ਰ ਨੇ ਲੱਕ ਤੋੜ ਛੱਡਿਆ ਅਤੇ ਸਾਡੀ ਫਲਾਈਟ ਬੜੀ ਲੰਮੀ ਸੀ ਇੱਕ ਪੰਜਾਬ ਤੋਂ ਦਿੱਲੀ ਆਉਣਾ ਹੁਣ ਧਰਨਿਆਂ ਕਰਕੇ ਜਿਹੜਾ ਕਿਸਾਨੀ ਧਰਨੇ ਜਿਹੜੇ ਮੋਰਚੇ ਲੱਗੇ ਹੋਏ ਨੇ ਉਹਨਾਂ ਕਰਕੇ ਬੜਾ ਟਾਈਮ ਲੱਗਾ ਇਹਨਾਂ ਦਾ ਵੀ ਮੈਂ ਸ਼ੁਕਰਗੁਜ਼ਾਰ ਹਾਂ ਕਿ ਇਹਨਾਂ ਨੇ ਮੇਰੀ ਬੇਨਤੀ ਨੂੰ ਪ੍ਰਵਾਨ ਕੀਤਾ ਭਾਜੀ ਉਹਨਾਂ ਦੀ ਬੇਨਤੀ ਨੂੰ ਪ੍ਰਵਾਨ ਕੀਤਾ। ਸੋ ਮੈਂ ਜਿਹੜੀ ਗੱਲ ਕਰਨ ਲੱਗਾ ਹਾਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਪੜ੍ਹੀਏ ਵਿਚਾਰੀਏ ਸਮਝੀਏ ਸਤਿਗੁਰੂ ਜੀ ਨੇ 7 ਵਾਰਾਂ ਦਾ ਨਾਂ ਲੈ ਕੇ ਸਾਨੂੰ ਉਪਦੇਸ਼ ਦਿੱਤਾ 12 ਮਹੀਨਿਆਂ ਦਾ ਨਾਮ ਲੈ ਕੇ ਸਾਨੂੰ ਉਪਦੇਸ਼ ਦਿੱਤਾ
ਪਹਿਰਿਆਂ ਦੀ ਬਾਣੀ ਤੁਸੀਂ ਪੜ੍ਹਦੇ ਹੋਣਗੇ, ਫੁਲਹੇ ਪੜ੍ਹਦੇ ਹੋਣਗੇ, ਗਾਥਾ ਪੜ੍ਹਦੇ ਹੋਣਗੇ, ਕਰਜ਼ੇ ਪੜ੍ਹਦੇ ਹੋਣਗੇ। ਇਹ ਇੱਕ ਉਪਦੇਸ਼ ਦਾ ਸਾਧਨ ਸਨ। ਤੁਸੀਂ ਘੋੜੀਆਂ ਪੜ੍ਹਦੇ ਹੋਣਗੇ, ਰਾਗ ਵਡਹੰਸ ਦੇ ਵਿੱਚ ਅਲਾਣੀਆਂ ਪੜ੍ਹਦੇ ਹੋਣਗੇ। ਇਹ ਇੱਕ ਤਰੀਕਾ ਸੀ ਸਤਿਗੁਰੂ ਜੀ ਦਾ, ਲੋਕ ਗਾਥਾਵਾਂ ਰਾਗਾਂ ਨੂੰ ਨਾਲ ਲੈ ਕੇ ਸਤਿਗੁਰੂ ਜੀ ਨੇ ਉਪਦੇਸ਼ ਦਿੱਤਾ। ਔਰ ਕਈ ਵਾਰੀ ਤੇ ਹੈਰਾਨੀ ਹੁੰਦੀ ਹੈ, ਭਾਵੇਂ 12 ਮਾਹ ਦੇ ਮਹੀਨਿਆਂ ਦੇ ਨਾਂ ਅਸੀਂ ਜਦੋਂ ਆਪਣੀ ਬੋਲੀ ਵਿੱਚ ਲੈਂਦੇ ਹਾਂ ਨਾ, ਤੇ ਉਹ ਹੋਰ ਹੁੰਦੇ ਨੇ। ਚੇਤ ਵਿਸਾਖ ਜੇਠ ਹਾੜ ਸਾਉਣ ਭਾਦਰੋਂ ਅਸੂ ਕੱਤੇ ਮੱਗਰ ਉਹ ਮਾਘ ਤੇ ਫੱਗਣ। ਪਰ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਵਿੱਚ ਉਹਦਾ ਨਾਂ ਪੜ੍ਹਦੇ ਹਨ, ਤੇ ਤੁਸੀਂ ਸਾਰੇ ਸਿਆਣੇ ਪੜ੍ਹਨ ਵਾਲੇ ਬਾਣੀ ਪੜ੍ਹਨ ਵਾਲੇ ਬੈਠੇ ਹੋ, ਪੋਖ ਉੱਥੇ ਅਸਲ ਵਿੱਚ ਪੌਸ਼ ਜਿਹੜਾ ਸ਼ਿਸ਼ਿਆ ਨੇ ਕਈ ਵਾਰੀ ਬੇਨਤੀ ਕਰਦਾ ਕਿ ਜਿਹੜਾ ਅੱਖਰ ਹੈ ਨਾ ਉਹ ਅੱਖਰ ਨਹੀਂ ਅਕਸ਼ਰ ਹੈ। ਖੱਖੇ ਨੂੰ ਜੇ ਕੁਰਕਸ਼ੇਤਰ ਨੂੰ ਕੁਰਕਸ਼ੇਤਰ ਕਹਿਣਾ ਹੋਏਗਾ ਤੇ ਪੰਜਾਬੀ ਵਿੱਚ ਕੁਰਖੇਤਰ ਕਿਹਾ ਜਾਏਗਾ, ਖੱਖੇ ਦਾ ਨਾਂ ਲੈ ਕੇ ਕਿਹਾ ਜਾਏਗਾ। ਖੈਰ ਜੇ ਅਸੀਂ ਪੜ੍ਹਦੇ ਹਾਂ ਫੱਗਣ, ਤੇ ਫੱਗਣ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਵਿੱਚ ਫੱਗਣ ਦਾ ਨਾਮ ਫੱਗਣ ਨਹੀਂ ਹੈ, ਫਲਗੁਣ ਹੈ। ਫਲਗੁਣ ਹੈ, ਦੇਖੋ ਸਪੈਲਿੰਗ ਔਰ ਦੇਖੋ ਉਪਦੇਸ਼ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਦਾ। ਪਹਿਲਾ ਮਹੀਨਾ ਸ਼ੁਰੂ ਹੁੰਦਾ ਹੈ ਚੇਤ, ਪਰ ਚੇਤ ਜੀ ਦੀ ਸਪੈਲਿੰਗ ਪੜੋਗੇ ਤੇ ਉਸ ਚੇਤ ਦਾ ਮਹੀਨਾ ਹੈ ਚੇਤ, ਚੇਤੇ ਕਾਰ ਚੇਤ ਗੋਬਿੰਦ ਅਰਾਧਿਆ ਹੋਵੇ ਆਨੰਦ ਘਣਾ। ਫਿਰ ਮੈਂ ਬੇਨਤੀ ਕਰਾਂ, ਜੇਠ ਦਾ ਮਤਲਬ ਸਮਝਦੇ ਹੋ ਜੀ? ਸਾਡੀ ਪੰਜਾਬੀ ਬੋਲੀ ਵਿੱਚ ਜੇਠ ਕਿਹਨੂੰ ਕਹਿੰਦੇ? ਵੱਡੇ ਨੂੰ। ਆਮ ਕਰਕੇ ਜਦੋਂ ਪਹਿਲੀ ਗੱਲ ਤੇ ਜੇਠ ਇੱਥੇ ਸਮਝਿਆ ਜਾਂਦਾ ਵੀ ਦਿਓਰ ਜੇਠ, ਤੇ ਦੂਸਰੀ ਗੱਲ ਇੱਥੇ ਸਮਝਿਆ ਜਾਂਦਾ ਵੀ ਜੇਠਾ ਪੁੱਤਰ ਹੈ, ਸਾਡੇ ਘਰ ਜੇਠੀ ਔਲਾਦ ਹੈ। ਇਹੋ ਹੀ ਕਾਰਨ ਸੀ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਨਾਮ ਵੀ ਜੇਠਾ ਸੀ। ਪਰ ਇੱਥੇ ਕਿਹੜੇ ਜੇਠ ਦੀ ਕਿਹੜੇ ਵੱਡੇ ਦੀ ਗੱਲ ਹੋ ਰਹੀ ਹੈ? ਹਰ ਜੇਠ ਜੁੜੰਦਾ ਲੋੜੀ ਹੈ ਜਿਸ ਅੱਗੇ ਸਭ ਨਿਵਾਰੇ। ਕੁਰਬਾਨ ਮੇਰੇ ਸਾਹਿਬ ਜੀ ਦੀ ਬਾਣੀ ਤੋਂ, ਬਲਿਹਾਰ ਮੇਰੇ ਸਾਹਿਬ ਜੀ ਦੀ ਬਾਣੀ ਤੋਂ, ਜਿਸ ਸਤਿਗੁਰੂ ਜੀ ਨੇ ਐਸੀ ਸਾਨੂੰ ਇੱਕ ਵਿਲੱਖਣ ਚੀਜ਼ ਦਿੱਤੀ ਹੈ ਕਿ ਜੇ ਅਸੀਂ ਸਪੈਲਿੰਗ ਦੇ ਨਾਲ ਜੇ ਅਸੀਂ ਤਰੀਕੇ ਨਾਲ ਬਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਤੇ ਉਹਦੇ ਵਿੱਚੋਂ ਉਪਦੇਸ਼ ਕੁਛ ਹੋਰ ਹੀ ਨਿਕਲਦਾ। ਸੱਤ ਵਾਰਾਂ ਦੀ ਗੱਲ ਕੀਤੀ ਹੈ, ਪਸ਼ੂ ਪੰਖੀਆਂ ਨੂੰ ਨਾਲ ਲੈ ਕੇ ਸਤਿਗੁਰੂ ਜੀ ਨੇ ਉਪਦੇਸ਼ ਦਿੱਤਾ ਹੈ। ਬਬੀਹਾ ਪਿਓ ਪਿਓ ਕਰੇ ਜਲ ਨਿਤ ਪ੍ਰੇਮ ਪਿਆਰ। ਮੇਰੇ ਸਾਹਿਬ ਜੀ ਦੀ ਸੋਚ ਕੈਸੀ ਹੋਏਗੀ ਜਿਹੜੀ ਝੁੱਕੀ ਪੋਹ ਫੁੱਟੀ ਵਗਣ ਬਹੁਤ ਰੰਗ। ਆਹ ਵੇਲਾ ਆ ਗਿਆ ਹੁਣ, ਤੁਸੀਂ ਕਵਿਤਾ ਸੁਣੀ ਨਾ, ਬਸੰਤ ਰੁੱਤ ਆਈ ਪਰ ਫੁੱਲਦਾ ਰਹੇ। ਹੁਣ ਦੂਸਰੇ ਪਾਸੇ ਇਹ ਸਗਨ ਵਾਸ ਫੁੱਲੇ ਇੱਕ ਰਹੇ ਸੁੱਖ ਫੁੱਲੇ। ਇੱਕ ਤੇ ਬਸੰਤ ਵਿੱਚ ਪ੍ਰਫੁੱਲਤ ਹੋ ਰਹੇ ਨੇ, ਪਰ ਦੂਸਰੇ ਉਹ ਨੇ ਜਿਹੜੇ ਹਰੀ ਵਾਹਿਗੁਰੂ ਜੀ ਦੇ ਅੰਮ੍ਰਿਤ ਜਲ ਨੂੰ ਛੱਡ ਕੇ ਉਸੇ ਸੋਕੇ ਵਿੱਚ ਸੜੇ ਹੋਏ ਨੇ ਜਿਹੜਾ ਸੋਕਾ ਸਾਰੀ ਦੁਨੀਆਂ ਨੂੰ ਮਾਰਦਾ। ਸਗਨ ਵਾਸ ਫੁੱਲੇ ਇੱਕ ਰਹੇ ਸੁੱਖ ਫੁੱਲੇ, ਬਸੰਤ ਰੁੱਤ ਆਈ ਪਰ ਫੁੱਲਦਾ ਨਹੀਂ। ਮੈਂ ਜਿਹੜੀ ਬੇਨਤੀ ਕਰਨੀ ਚਾਹੁੰਦਾ ਹਾਂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਵਿੱਚ ਜਿਹੜਾ ਜ਼ਿਕਰ ਹੈ ਉਹ 6 ਰੁੱਤਾਂ ਦਾ ਜ਼ਿਕਰ ਹੈ। ਮੁਬਾਰਕ ਹੈ, ਅਸੀਂ ਬਸੰਤ ਮਨਾ ਰਹੇ ਹਾਂ, ਬਸੰਤ ਨੂੰ ਚੇਤੇ ਕਰ ਰਹੇ ਹਾਂ, ਪਰ ਅਸੀਂ ਇਹ ਵੀ ਚੇਤੇ ਰੱਖੀਏ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਉਪਦੇਸ਼ ਤੇ ਘੜੀਆਂ ਦੇ ਵਿੱਚ ਵੀ ਵੰਡਿਆ ਹੋਇਆ ਹੈ। ਇੱਥੇ ਤੱਕ ਕਿ ਹਰ ਜਪਦਿਆਂ ਖਿਲ ਢਿੱਲ ਨਾ ਖਿੱਚੇ ਮੇਰੀ ਜਿੰਦੜੀਏ, ਮੱਤ ਕੇ ਜਾਪੈ ਸਾਹ ਆਵੈ ਕਿ ਨਾ ਆਵੈ। ਤੈਨੂੰ ਇੰਨਾ ਚਿਰ ਵੀ ਨਹੀਂ ਭੁੱਲਣਾ ਚਾਹੀਦਾ, ਵਿਸੇ ਚੱਸਿਆਂ ਘੜੀਆਂ ਪਹਿਰਾਂ ਤਿੱਤੀ ਵਾਰੀ ਮਾਂ। ਇੰਨੀ ਬਰੀਕੀ ਵਿੱਚ ਇੰਨੀ 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 ਦੀਪ ਸੋਚ ਵਿੱਚ ਸਤਿਗੁਰੂ ਜੀ ਸਾਨੂੰ ਲੈ ਕੇ ਜਾਣਾ ਚਾਹੁੰਦੇ ਨੇ। ਔਰ ਮੁਬਾਰਕ ਹੈ ਕਿ ਅੱਜ ਇਹ ਯਤਨ ਹੋਇਆ ਪ੍ਰਬੰਧਕ ਗੁਰਮੁਖ ਪਿਆਰਿਆਂ ਦੇ ਸਹਿਯੋਗ ਦੇ ਨਾਲ, ਸਤਿਕਾਰਯੋਗ ਕੀਰਤਨੀਏ ਭਾਈ ਸਾਹਿਬ ਭਾਈ ਜਸਵੰਤ ਸਿੰਘ ਜੀ ਜੀਰੇ ਵਾਲੇ, ਪ੍ਰੋਫੈਸਰ ਸਾਹਿਬ ਜੀ, ਵੀਰ ਅਨੰਤਵੀਰ ਸਿੰਘ ਜੀ, ਭਾਈ ਨਾਇਬ ਸਿੰਘ ਜੀ, ਬੜੀ ਛੋਟੀ ਜੀ ਬੱਚੀ ਹੋਣੀ ਜਪਜੀ, ਜਪਜੀ ਕੌਰ ਉਹਦਾ ਪੂਰਾ ਨਾਮ ਮੈਨੂੰ ਨਹੀਂ ਪਤਾ। ਓ ਵਾਹ 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 ਵਾਹ, ਮਲਕ ਸਾਹਿਬ ਜੀ ਬੜੇ ਹੀ ਪਿਆਰੇ ਇਨਸਾਨ ਨੇ,
ਇਹਨਾਂ ਨੇ ਨਾ ਜਦੋਂ ਅਸੀਂ ਪਿਛਲੇ ਦਿਨਾਂ ਚ ਕੀਰਤਨ ਕਰਨ ਆਏ ਤੇ ਇਹਨਾਂ ਨੇ ਧੱਕੇ ਨਾਲ ਸਾਡੇ ਕੋਲੋਂ ਮੰਗ ਕਰਾਈ ਹਾਂਜੀ ਹਾਂਜੀ ਇਹਨਾਂ ਨੇ ਤਿੰਨ ਗੁਰਦੁਆਰਿਆਂ ਚ ਜਾ ਕੇ ਸਾਨੂੰ ਪੜਿਆ ਮਿਹਰਬਾਨੀ ਇਹੋ ਜਿਹੇ ਸਿਆਣੇ ਸੂਝਵਾਨ ਪ੍ਰਬੰਧਕ ਸਾਨੂੰ ਜ਼ਰੂਰੀ ਨੇ ਜਿਹੜੇ ਕੀਰਤੀਆਂ ਦਾ ਸਤਿਕਾਰ ਕਰਨਾ ਜਾਣਦੇ ਹਨ ਕਿਉਂਕਿ ਸਾਡੀ ਜਮਾਤ ਜਿਹੜੀ ਹੈ ਨਾ ਉਹ ਬੜੀ ਤਰਸ ਦੀ ਪਾਤਰ ਹੈ ਮੈਂ ਮਾਫੀ ਮੰਗ ਕੇ ਗੱਲ ਕਰਨ ਲੱਗਾ ਉਸ ਪਾਸੇ ਮੈਂ ਬਿਲਕੁਲ ਨਹੀਂ ਜਾਣਾ ਪਰ ਜੇ ਇਹ ਉਪਰਾਲੇ ਕੀਤੇ ਜਾ ਰਹੇ ਹਨ ਤੇ ਇਹਨਾਂ ਛੋਟੇ ਛੋਟੇ ਬੱਚਿਆਂ ਨੂੰ ਜਪਜੀ ਨੇ ਹੁਣੇ ਕੀਰਤਨ ਕੀਤਾ ਹੈ ਨਾ ਇਹਦੇ ਵੱਲੋਂ ਵੇਖਣ ਵਾਲੀਆਂ ਬੱਚੀਆਂ ਧੀਆਂ ਮੇਰੀਆਂ ਬੀਬੀਆਂ ਉਹਨਾਂ ਦੇ ਮਨ ਵਿੱਚ ਚਾਅ ਪੈਦਾ ਹੋਏਗਾ ਕਿ ਮੈਂ ਕੀਰਤਨ ਨਹੀਂ ਕਰਾਂ ਮੈਂ ਵੀ ਕੀਰਤਨ ਕਰਾਂ ਅਸੀਂ ਜਦੋਂ ਛੋਟੇ ਛੋਟੇ ਹੁੰਦੇ ਸਨ ਰਕਾਬਗੜ ਸਾਹਿਬ ਜਦੋਂ ਵੱਡੇ ਕੀਰਤਨੀਏ ਸਾਡੇ ਕੀਰਤਨ ਦਰਬਾਰਾਂ ਚ ਆਉਂਦੇ ਸੀ ਕੀਰਤਨ ਕਰਨ ਵਾਸਤੇ ਭਾਜੀ ਬੈਠੇ ਨੇ ਇਹ ਉਦੋਂ ਤੁਸੀਂ ਖਾਨਪੁਰ ਮੇਰੇ ਖਿਆਲ ਪਿਤਾ ਜੀ ਹੁਣਾਂ ਦੀ ਡਿਊਟੀ ਸੀਗੀ ਸੇਵਾ ਸੀ ਤੇ ਅਸੀਂ ਛੋਟੇ ਛੋਟੇ ਹੁੰਦੇ ਜਾ ਕੇ ਵੇਖਦੇ ਸਾਂ ਵੀ ਮਹਾਰਾਜ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਕਦੀ ਕੋਈ ਦਿਨ ਆਏਗਾ ਐਸਾ ਵੀ ਅਸੀਂ ਵੀ ਇਸ ਇਹਨਾਂ ਸਟੇਜਾਂ ਤੇ ਬੈਠ ਕੇ ਕੀਰਤਨ ਕਰ ਸਕਾਂਗੇ ਤੇ ਉਹ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਨਾ ਘੁੱਟ ਕੇ ਬਾਂਹ ਫੜੀ ਘੁੱਟ ਕੇ ਜਿਵੇਂ ਕੋਈ ਬਿਠਾ ਕੇ ਕਹਿੰਦਾ ਨਾ ਕਿ ਆ ਕਾਰ ਹੁਣ ਜਿੰਨਾ ਕਰ ਸਕਦਾ ਲੁੱਟ ਖਜ਼ਾਨੇ ਜਿੰਨਾ ਲੁੱਟ ਸਕਦਾ ਔਰ ਉਹ ਸੱਚੇ ਪਾਤਸ਼ਾਹ ਜੀ ਨੇ ਬੇਅੰਤ ਰਹਿਮਤਾਂ ਕੀਤੀਆਂ ਮੇਰੀ ਜ਼ਿੰਦਗੀ ਦੀ ਕਮਾਈ ਸਾਡੀ ਜ਼ਿੰਦਗੀ ਦੀ ਕਮਾਈ ਇੱਕੋ ਇੱਕ ਕਮਾਈ ਹੈ ਕਿ ਜਿਹੜਾ ਸਾਨੂੰ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਚਰਨਾਂ ਚ ਕੀਰਤਨ ਕਰਨ ਕਰਕੇ ਸਤਵਿੰਦਰ ਸਿੰਘ ਹਰਵਿੰਦਰ ਸਿੰਘ ਨਾ ਬਣ ਸਕਿਆ ਮੈਂ ਬੇਨਤੀ ਕਰਾਂ ਕਿ ਅਸੀਂ ਬੜੀ ਦੁਨੀਆਂ ਘੁੰਮ ਬੈਠੇ ਸਾਂ ਪਹਿਲਾਂ ਪਰ ਜਿਹੜੇ ਦਿਨ ਸੇਸਗੰਗ ਸਾਹਿਬ ਮਹਾਰਾਜ ਨੇ ਆਪਣੇ ਚਰਨਾਂ ਚ ਬਿਠਾਇਆ ਨਾ ਉਸ ਦਿਨ ਤੋਂ ਬਾਅਦ ਪਾਏ ਗਹੀ ਜਪਦੇ ਤੁਮਰੇ ਤਬ ਤੇ ਕੋ ਆਖ ਤਰੇ ਨਹੀਂ ਆਈ ਉਸ ਤੋਂ ਬਾਅਦ ਭੁੱਲ ਗਿਆ ਸਾਰਾ ਕੁਛ ਤੇ ਮਾਰੇ ਦਿੰਦੇ ਰਹੀ ਸੋ ਆਓ ਜੀ ਮੈਂ ਫਿਰ ਬੇਨਤੀ ਕਰਾਂ ਕਿ ਕੀਰਤਨ ਹੀ ਕਰਨਾ ਹੈ ਸਿਰਫ ਇਹ ਮੇਰੇ ਮਨ ਦਾ ਥੋੜਾ ਜਿਹਾ ਵਲਵਲਾ ਸੀ ਮੈਂ ਸਿਰਫ ਵਧਾਈ ਦੇਣ ਵਾਸਤੇ ਰੁਕਿਆ ਸਾਂ ਵੀ ਆਪ ਜੀ ਨੂੰ ਮੁਬਾਰਕ ਆਪ ਜੀ ਨੇ ਇੰਨਾ ਸੋਹਣਾ ਸਮਾਗਮ ਦਿੱਤਿਆ ਔਰ ਤੁਸੀਂ ਮੇਰੇ ਕੀਰਤਨੀਏ ਵੀਰ ਮੇਰੇ ਸਿਰ ਤੇ ਹੱਥ ਰੱਖਣ ਆ ਜਾਂਦੇ ਹੋ ਜਿੱਥੇ ਕਿਤੇ ਵੀ ਅਸੀਂ ਜਾਂਦੇ ਹਾਂ ਤੁਸੀਂ ਕੀਰਤਨੀਏ ਜਦੋਂ ਕੀਰਤਨੀਆਂ ਆ ਕੇ ਅਸੀਸ ਦਿੰਦਾ ਹੈ ਫਿਰ ਸਾਡੇ ਵਾਸਤੇ ਬੜੀ ਵੱਡੀ ਗੱਲ ਹੋ ਜਾਂਦੀ ਹੈ ਜੀ ਮੈਨੂੰ ਹੁਕਮ ਸੀ ਇੱਕ ਦੋ ਸ਼ਬਦਾਂ ਦਾ ਪਹਿਲਾਂ ਤਾਂ ਸੋਰੀ ਅਸੀਂ ਉਸ ਤਰ੍ਹਾਂ ਦਾ ਰੱਖਿਆ ਵੀ ਉਹਦੇ ਤੇ ਮਾਧੋ ਸਾਧੂ ਜਾਨ ਦੇਹੋ ਮਿਲਾਏ ਬੜੀ ਪਿਆਰੀ ਕੰਪੀਟੀਸ਼ਨ ਹੈ ਰੂਪਕ ਦੇ ਵਿੱਚ ਆਪ ਜੀ ਆਨੰਦ ਮਾਣੋਗੇ ਹੁਕਮ ਵੀ ਸੀ ਸੰਗਤ ਵੱਲੋਂ ਸੋ ਇਹ ਸ਼ਬਦ ਪੜ੍ਹਦੇ ਹਾਂ ਉਪਰੰਤ ਦੋਏ ਘਰ ਜੋੜ ਕਰੀ ਬੇਨਤੀ ਵੀ ਆਪਾਂ ਆਪ ਜੀ ਨੂੰ ਸਰਵਣ ਕਰਾਵਾਂਗੇ ਜੀ ਆਓ ਸਾਰੇ ਪਿਆਰ ਨਾਲ ਇਸ ਸ਼ਬਦ ਦਾ ਜਿਹੜਾ ਸਿਰਲੇਖ ਹੈ ਉਹ ਬਸੰਤ ਹਿੰਦੋਲ ਹੈ ਔਰ ਹਿੰਦੋਲ ਦਾ ਜਿਹੜਾ ਰੂਪ ਹੈ ਉਹਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਕਿ ਥੋੜਾ ਜਿਹਾ ਨਜ਼ਰ ਆ ਸਕੇ ਬਾਕੀ ਮੈਂ ਫਿਰ ਬੇਨਤੀ ਕੀਤੀ ਮੈਂ ਹੱਥ ਜੋੜ ਕੇ ਮਾਫ਼ੀ ਮੰਗਦਾ ਸੱਚੀ ਮੁੱਚੀ ਕਿਉਂਕਿ ਅਸੀਂ ਲਾਈਟ ਗਾਉਣ ਵਾਲੇ ਹਾਂ ਮੈਂ ਕਈ ਵਾਰੀ ਹਾਸੇ ਨਾਲ ਕਹਿੰਦਾ ਹੁੰਦਾ ਵੀ ਇੱਕ ਪੈਂਟ ਕੋਟ ਸੀਨ ਵਾਲਾ ਦਰਜੀ ਹੁੰਦਾ ਹੈ ਤੇ ਇੱਕ ਕੁੜਤੀਆਂ ਤੇ ਕਸ਼ਹਿਰੇ ਸੀਨ ਵਾਲਾ ਹੁੰਦਾ ਤੇ ਅਸੀਂ ਉਹ ਕੁੜਤੀਆਂ ਕਸ਼ਹਿਰਿਆਂ ਵਾਲੇ ਹਾਂ ਪੈਂਟ ਕੋਟਾਂ ਵਾਲੇ ਤੁਸੀਂ ਬੈਠੇ ਹੋ ਸੋ ਨਿਮਾਣਾ ਜਾਂ ਕੋਸ਼ਿਸ਼ ਹੈ ਯਤਨ ਹੈ ਆਪ ਦੀ ਅਸੀਸ ਬਖਸ਼ਣਾ ਦੀ ਮਾਧੋ ਸਾਧੋ ਜਨ ਦੇਹੋ ਮਿਲਾ ਮਾਧੋ ਸਾਧੋ ਜਨ ਦੇਹੋ ਮਿਲਾਏ ਸਾਧੋ ਜਨ ਦੇਹੋ ਮਿਲਾਏ ਮਾਧੋ ਸਾਧੋ ਜਨ ਦੇਹੋ ਮਿਲਾਏ ਸਾਧੋ ਜਨ
ਕਿਆ ਬਾਤ ਆ Thank you.
ਸਾਧ ਮਿਲਾ ਕੇ ਵੇਖਾਂਗੇ।
ਕੁੱਤੇ ਵਾਲਾ ਸਾਥ ਮਿਲ ਜਾਏ ਤੇ ਫਿਰ ਗੱਲ ਬਣ ਜਾਏਗੀ। ਹਾਂਜੀ ਸਾਧੂ ਥੱਲੇ ਵਾਲਾ ਵੀ ਔਖਾ ਜੇ, ਅਸਲੀ ਸਾਧੂ ਥੱਲੇ ਵਾਲਾ ਵੀ ਔਖਾ ਹੈ, ਪਰ ਜੇ ਉੱਤੇ ਵਾਲਾ ਮਿਲ ਜਾਏ ਤੇ ਫਿਰ ਤੇ ਗੱਲ ਹੀ ਬਣ ਜਾਏਗੀ। ਅਸੀਸ ਬਖਸ਼ੋ, ਜੇ ਤੁਸੀਂ ਸਿਰ ਤੇ ਹੱਥ ਰੱਖੋਗੇ ਤਾਂ ਪਹੁੰਚੇਗਾ ਉੱਤੇ ਤੱਕ। ਚਲੋ ਬਾਬਾ ਜੀ ਸਾਧੂ ਸਾਧੂ ਸਾਧੂ।